ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਆਟੇ ਦੇ ਸ਼ਕਰਪਾਰੇ ਬਣਾਵਾਂਗੇ। ਆਪਾਂ ਪਹਿਲਾਂ ਵੀ ਬਣਾਏ ਸੀ, ਪਹਿਲਾਂ ਆਪਾਂ ਮੈਦੇ ਦੇ ਬਣਾਏ ਸੀ ਤੇ ਆਟਾ ਛਾਣ ਕੇ ਰੱਖ ਲਿਆ ਆਪਾਂ ਕੌਲੀ, ਤੇ ਇਹਦੇ ਆਟੇ ਦੇ ਬਣਾਵਾਂਗੇ। ਆਟਾ ਆਪਾਂ ਡੋਂਗੇ ਚ ਪਾਵਾਂਗੇ। ਅੱਧੀ ਕੜਛੀ ਦੇਸੀ ਘਿਓ ਦੀ ਪਾਵਾਂਗੇ। ਇਹਨੂੰ ਆਪਾਂ ਰਲਾ ਲਾਂਗੇ। ਲਓ ਆਟਾ ਚੰਗੀ ਤਰ੍ਹਾਂ ਆਪਾਂ ਮਲ ਲਿਆ ਤੇ ਹੁਣ ਇਹ 'ਚ ਪਾਣੀ ਪਾ ਕੇ ਆਪਾਂ ਗੁੰਨਾਂਗੇ। ਕੌੜਾ ਰੱਖਾਂਗੇ, ਬਾਹਲਾ ਢਿੱਲਾ ਨਹੀਂ ਕਰਦੇ। ਲਓ ਆਪਾਂ ਆਟਾ ਗੁੰਨ ਲਿਆ, ਕਰੜਾ ਕਰੜਾ ਰੱਖਿਆ ਹੈਗਾ ਤੇ ਆਪਾਂ ਇਹਨੂੰ ਹੱਥ ਨਾਲ ਹੀ ਬਣਾਵਾਂਗੇ। ਵੇਲ ਕੇ ਨਹੀਂ ਬਣਾਉਂਦੇ, ਹੱਥ ਨਾਲ ਹੀ ਬਣਾਵਾਂਗੇ ਸ਼ੱਕਰਪਾਰੇ। ਇਸ ਤਰ੍ਹਾਂ ਬਣਾ ਦਿਆਂਗੇ, ਇਹਦੇ ਛੋਟੇ ਰੱਖਾਂਗੇ। ਇਸ ਤਰ੍ਹਾਂ ਬਣਾ ਦਿਆਂਗੇ। ਇਸ ਤਰ੍ਹਾਂ ਆਪਾਂ ਸਾਰੇ ਬਣਾ ਲਾਂਗੇ। ਲਓ ਆਪਾਂ ਸ਼ੱਕਰਪਾਰੇ ਸਾਰੇ ਬਣਾ ਲਏ ਤੇ ਹੁਣ ਆਪਾਂ ਅੱਗ ਬਾਲਾਂਗੇ, ਕੜਾਹੀ ਧਰਾਂਗੇ ਤੇ ਇਹਨਾਂ ਨੂੰ ਢੱਕ ਕੇ ਰੱਖ ਦਿਆਂਗੇ 2 ਮਿੰਟ। ਹੁਣ ਆਪਾਂ ਰਿਫਾਇੰਡ ਪਾਵਾਂਗੇ। ਥੋੜਾ ਜਿਹਾ ਆਪਾਂ ਜ਼ਿਆਦਾ ਗਰਮ ਨਹੀਂ ਕਰਦੇ ਗੇ, ਥੋੜਾ ਜਿਹਾ ਘੱਟ ਹੀ ਰੱਖਾਂਗੇ ਤੇ ਆਰਾਮ ਨਾਲ ਮੱਠੀ ਮੱਠੀ ਅੱਗ ਤੇ ਬਣਾਵਾਂਗੇ ਆਪਾਂ। ਜੇ ਤੇਲ ਗਰਮ ਹੋ ਰਿਫਾਇੰਡ ਗਰਮ ਹੋ ਗਿਆ ਤੇ ਮੁੜ ਕੇ ਫਿਰ ਆਪਾਂ ਸ਼ੱਕਰਪਾਰੇ ਪਾਵਾਂਗੇ। ਰਿਫਾਇੰਡ ਦੇਖਾਂਗੇ ਗਰਮ ਹੋ ਗਿਆ। ਹੋ ਗਿਆ ਗਰਮ,
ਹੋ ਹੁਣ ਆਪਾਂ ਸ਼ਕਰਪਾਰੇ ਪਾਵਾਂਗੇ। ਅੱਧੇ ਪਾ ਦਿਆਂਗੇ, ਅੱਧੇ ਫੇਰ ਪਾਵਾਂਗੇ ਆਪਾਂ। ਬਰੋਂ ਥੋੜੇ ਮਾੜੇ ਮਾੜੇ ਹੋ ਗਏ ਤੇ ਫਿਰ ਆਪਾਂ ਕੱਢ ਲਾਂਗੇ। ਲਓ ਆਪਣੇ ਸ਼ਕਰਪਾਰੇ ਬਰੋਂ ਹੋ ਗਏ, ਇਸੇ ਤਰ੍ਹਾਂ ਆਪਾਂ ਦੂਜੇ ਬਣਾਵਾਂਗੇ। ਬਾਕੀ ਰਹਿੰਦੇ ਜਿਹੜੇ ਇਹ ਕੱਢ ਲੈਂਦੇ ਹਾਂ। ਲਓ ਹੁਣ ਆਪਾਂ ਸਾਰੇ ਸ਼ਕਰਪਾਰੇ ਆਪਣੇ ਬਣ ਗਏ, ਤਲੇ ਗਏ ਤੇ ਹੁਣ ਆਪਾਂ ਚਾਸਣੀ ਬਣਾਵਾਂਗੇ। ਕੜਾਹੀ ਲਾ ਕੇ ਦੂਜੀ ਕੜਾਹੀ ਧਰਾਂਗੇ। ਖੰਡ ਪਾਵਾਂਗੇ ਕੌਲੀ ਖੰਡ ਦੇ। ਕੌਲੀ ਪਾਣੀ ਵੀ ਪਾਵਾਂਗੇ। ਜਦੋਂ ਖੰਡ ਖੁਰਨ ਲੱਗ ਗਈ ਉਦੋਂ ਚਾਸਣੀ ਬਣਨੀ ਸ਼ੁਰੂ ਹੋ ਜਾਊਗੀ। ਜੋ ਖੰਡ ਖੁਰ ਗਈ ਲਓ ਹੁਣ ਖੰਡ ਖੁਰ ਗਈ ਤੇ ਆਪਣੀ ਚਾਸਣੀ ਬਣਨੀ ਸ਼ੁਰੂ ਹੋ ਜਾਊ ਤੇ ਇੱਕ ਤਾਰ ਬਣਾਵਾਂਗੇ ਆਪਾਂ। ਆਪਣੀ ਚਾਸਣੀ ਇੱਕ ਤਾਰ ਬਣ ਗਈ, ਹੁਣ ਆਪਾਂ ਲਾਵਾਂਗੇ। ਵਿੱਚ ਆਪਾਂ ਇਹਦੇ ਸ਼ਕਰਪਾਰੇ ਪਾ ਦਿਆਂਗੇ। ਹੁਣ ਜਦੋਂ ਚਾਸਣੀ ਸੁੱਕ ਗਈ ਫਿਰ ਤੁਹਾਨੂੰ ਦਿਖਾਵਾਂਗੇ, ਠੰਡੀ ਹੋ ਕੇ ਸੁੱਕੂਗੀ। ਆਪਾਂ ਬੱਠਲ 'ਚ ਪਾਣੀ ਪਾ ਕੇ ਠੰਡਾ ਉਹਦੇ ਵਿੱਚ ਰੱਖ ਕੇ ਕੜਾਹੀ ਆਪਾਂ ਠਾਰ ਲਾਂਗੇ।
ਇਹਨੂੰ ਆਪਾਂ ਠਹਿਰ ਕੇ ਕੱਢਾਂਗੇ, ਜੋ ਸੁੱਕ ਗਈ ਆ ਆਪਾਂ ਪਾਣੀ ਚ ਰੱਖ ਲਈਏ। ਦੋ ਚਾਰ ਮਿੰਟ ਪਈ ਰਹੂਗੀ ਵਿੱਚ। ਲਓ ਆਪਣੇ ਸ਼ੱਕਰਪਾਰੇ ਠੰਡੇ ਹੋ ਗਏ, ਖੰਡ ਵਿੱਚ ਜੰਮ ਗਈ ਹੈ, ਉੱਤੇ ਚੜ ਗਈ ਖੰਡ, ਤੇ ਹੁਣ ਆਪਾਂ ਇਹਨੂੰ ਭਾਂਡੇ ਚ ਕੱਢਾਂਗੇ ਟਰੇ ਚ। ਦੇਖੋ ਆਪਣੇ ਸ਼ੱਕਰ ਪਾਰੇ ਕਿੱਡੇ ਵਧੀਆ ਬਣੇ ਹੈਗੇ, ਬਹੁਤ ਵਧੀਆ ਬਣੇ ਹੈ। ਖੰਡ ਚੜ ਗਈ ਹੈ ਸਾਰੀ ਉੱਤੇ, ਕੁਛ ਸੁੱਕ ਗਈ ਹੈ, ਪਾਸੇ ਡਿੱਗ ਪਈ ਹੈ, ਤੇ ਬਹੁਤ ਵਧੀਆ ਬਣੇ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।